ਸਕੂਲ ਕਲਾਸ ਤੁਹਾਡਾ ਨੈਕਸਟ ਟੋਪਿਕ ਸ਼ੁਰੂ ਹੋ ਰਿਹਾ ਹੈ ਸਪੋਰਟਸ ਇਨ ਜੀਰੀਅਸ ਕਿ ਇਹਦੇ ਵਿੱਚ ਕੀ ਕਹਿੰਦਾ ਹੈ ਸਪੋਰਟਸ ਇਨ ਜੀਰੀਅਨ ਖੇਡ ਤੇ ਚੋਟਾਂ ਯਾਨੀ ਖੇਲ ਵਿੱਚ ਜਿਸ ਪ੍ਰਕਾਰ ਦੀਆਂ ਕਈਆਂ ਝੋਟਾ ਲੱਗਦੀਆਂ ਹਨ ਤੇ ਉਹਦੇ ਬਾਰੇ ਇਹਦੇ ਵਿੱਚ ਡਿਸਕਸ ਕਰਨਾ ਹੈ ਤੇ ਫਿਰ ਇਹਦੇ ਵਿੱਚ ਇਹ ਆ ਸਭ ਤੋਂ ਪਹਿਲਾਂ ਕੀ ਜਿਹੜਾ ਕੀ ਆ ਅੱਜ ਕੱਲ ਸਰਵਸਤ ਜਿਹੜੇ ਆ ਲੋਕੀ ਮੋਸਟਲੀ ਜਾਂ ਤੁਸੀਂ ਦੇਖ ਰਹੇ ਹੋਵੇ ਕਿ ਖਿਡਾਰੀ ਜਿਹੜੇ ਆ ਠੀਕ ਰਹਿਣ ਵਾਸਤੇ ਕੀ ਆਪਣੇ ਸਰੀਰ ਦੀ ਫਿਟਨੈਸ ਵਾਸਤੇ ਸਰੀਰੀ ਦੀ ਸਮਰੱਥਾ ਵਧਾਉਣ ਵਿੱਚ ਮਨੋਰੰਜਨ ਖੇਲ ਵਿੱਚ ਭਾਗ ਲੈ ਰਿਹਾ ਆ ਯਾ ਮਤਲਬ ਕਿ ਉਹ ਕਿ ਖੇਲ ਦਾ ਹਿੱਸਾ ਉਹਨੂੰ ਆਪਣੇ ਲਾਈਫ ਦਾ ਬਣਾ ਰਿਹਾ ਆ ਕਿਉਂ ਕਿਉਂਕਿ ਆਪਣੇ ਬਾਡੀ ਦੇ ਸਟਰਕਚਰ ਨੂੰ ਸਰੀਰੀ ਵਿਕਾਸ ਨੂੰ ਵਧਾਣਾ ਚਾਹੁੰਦਾ ਆ ਤੇ ਆਪਣੇ ਸਰੀਰ ਨੂੰ ਤੇ ਤੰਦਰੁਸਤ ਰੱਖਣਾ ਚਾਹੁੰਦਾ ਸ਼ਰੀਰੀਕ ਰੂਪ ਨਾਲ ਉਹ ਤਾਂ ਮਾਸਤਿਕ ਨੇ ਆਪਣੇ ਤੰਦਰੁਸਤ ਰਹਿਣਾ ਚਾਹੁੰਦਾ ਇਸ ਲਈ ਉਹ ਕੀ ਹੈ ਇੱਕ ਖੇਲ ਦੇ ਵਿੱਚ ਆਪਣੀ ਪਾਰਟਿਸਪੇਸ਼ਨ ਕਰ ਰਿਹਾ ਹੈ ਤਾਂ ਇਹ ਕਹਿੰਦੇ ਕਿ ਖੇਲੋ ਮੈਂ ਕਈ ਪ੍ਰਕਾਰ ਕੀ ਉਪਕਰਨਾਂ ਦਾ ਪ੍ਰਯੋਗ ਕੀਤਾ ਜਾਂਦਾ ਯਾਨੀ ਜਦੋਂ ਖੇਲਾ ਖੇលੀਆਂ ਜਾਂਦੀਆਂ ਤਾਂ ਉਹਦੇ ਵਿੱਚ ਖੇਡਣ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਦਾ ਕੀ ਹੈ ਉਹਨਾਂ ਦੇ ਉਪਯੋਗ ਕੀਤੇ ਜਾ ਰਹੇ ਆ ਤਤਾਵੀ ਲਖਵੀ ਖਿਡਾਰੀਆਂ ਦਾ ਮੁਕਾਬਲਾ ਕੀਤਾ ਜਾਂਦਾ ਜਿਹੜੇ ਉਹਦੇ ਵਿਪਰੀਤ ਆਪੋਜ਼ਿਟ ਖਿਡਾਰੀ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਦੂਸਰੇ ਨਾਲ ਟੀਮ ਦਾ ਮੁਕਾਬਲਾ ਹੁੰਦਾ ਹੈ ਫਿਰ ਕੀ ਕਹਿੰਦੇ इन सभी प्रक्रियाओं को ये करते समय खेलों पर खेल अथवा चोट लगने की आशंका बनी रहती यानी जब वो प्लेग्राउंड के खिलाड़ी खेड़न जांदा प्लेयर्स पर उनको कि या मोस्टली कोई ना कोई चोट की या लगदी रहंदी है खेलते समय अथवा शारीरिक व्यायाम करते समय की लगने वाली चोटों को खेल चोट कहा गया यानी स्पोर्ट्स इंजरी यानी कहा गया है कि स्पोर्ट इंजरीस की हुंदा है कि खेल विच लगन वाली जो ਚੋਟਾਂ ਹੁੰਦੀਆਂ ਉਹਨੂੰ ਸਪੋਰਟਸ ਇੰਜੀਨੀਅਰਸ ਕਿਹਾ ਜਾਂਦਾ ਇਹ ਝੋਟਾ ਖੇਲੋ ਕੇ ਮਾਧਿਅਮ ਸੇ ਕਿਸੇ ਹਾਦਸੇ ਕੇ ਕਾਰਨ ਜਾਂ ਗਲਤੀ ਗਲਤ ਤਕਨੀਕ ਕੇ ਕਾਰਨ ਜਾਂ ਫਿਰ ਖਰਾਬ ਉਪਕਰਨ ਕੇ ਕਾਰਨ अथवा ਅਨ્ય ਕਈ ਕਾਰਨੋਂ ਸੇ ਲੱਗ ਸਕਦੀ ਹੈ ਫਿਰ ਕਿ ਕਿੰਦੇ ਕਾ ਜੇ ਟੈਕਨੀਕ ਗਲਤ ਹੋਵੇ ਜਾਂ ਕੁਛ ਹੋ ਦੇ ਚ ਹਾਦਸਾ ਹੋ ਜਾਂਦਾ ਜਾਂ ਖੇਡ ਦੇ ਖੇਲਦੇ ਸੱਟ ਲੱਗਦੀ ਹੈ ਤੇ ਇਹ ਆ ਕੀ ਆਚਾਨਕ ਸੱਟ ਲੱਗਦੀ ਆ ਇਨਾਂ ਦੇ ਕਾਰਨ ਦੱਸਦੇ ਪਏ ਆ ਖੇਡ ਮੈਦਾਨ ਵਿੱਚ ਲੱਗਣ ਵਾਲੀ ਝੋਟ ਕੀ ਪ੍ਰਾਇਆ ਸਧਾਰਨ ਝੋਟ ਹੁੰਦੀ ਆ ਪਰੰਤੂ ਕਈ ਵਾਰੀ ਇਹ ਝੋਟ ਭਿਆਨਕ ਵੀ ਹੁੰਦੀ ਆ ਮਤਲਬ ਕੀ ਆ ਮੋਸਟਲੀ ਝੋਟਾਂ ਤਾਂ ਕੁਛ ਇਸ ਤਰ੍ਹਾਂ ਦੀ ਹੁੰਦੀਆਂ ਜੋ ਕਿ ਨਾਰਮਲੀ ਛੋਟੀ ਜੀ ਝੋਟ ਹੁੰਦੀ ਜਲਦੀ ਭਰ ਆਂਦੀ ਆ ਤੇ ਠੀਕ ਹੋ ਜਾਂਦੀ ਆ ਤੇ ਕੁਝ ਕੀ ਆ ਖਿਡਾਰੀ ਦੇ ਵੀ ਖੇਡਣ ਲਈ ਜਦੋਂ ਜਾਂਦੇ ਆ ਤਾਂ ਉੱਥੇ ਕੀ ਆ ਮੋਸਟਲੀ ਕੀ ਆ ਜ਼ਿਆਦਾ ਝੋਟ ਲੱਗ ਜਾਂਦੀ ਆ ਤਾਂ ਉਹਨਾਂ ਕੀ ਉਹ ਕਾਫੀ ਟਾਈਮ ਵੀ ਫਿਰ ਹੋ ਜਾਂਦਾ ਕਿ ਉਹ ਝੋਟਾਂ ਨੂੰ ਭਰਨ ਲਈ ਲੱਗ ਜਾਂਦਾ ਹੈ ਤੇ ਡਾਕਟਰਸ ਕੀ ਕਹਿੰਦੇ ਆ ਜਦੋਂ ਕੀ ਝੋਟ ਬੰਦਾ ਖੇਡਦਾ ਹੈ ਡੀਪਲੀ ਝੋਟ ਉਹਨੂੰ ਲੱਗ ਜਾਂਦੀ ਤਾਂ ਉਹਨੂੰ ਕੀ ਹੈ ਰਿਪੇਅਰ ਹੋਣ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਫਿਰ ਕੀ ਕਹਿੰਦੇ ਜੋ ਖਿਡਾਰੀ ਕੇ ਜੀਵਨ ਮੇਂ ਪ੍ਰਯਾਪਤ ਖੇਲੋਂ ਸੇ ਦੂਰ ਕਰ ਸਕਤੀ ਹੈ ਯਾਨੀ ਜਦੋਂ ਉਹਨੂੰ ਝੋਟ ਲੱਗ ਜਾਂਦੀ ਕੀ ਹੁੰਦਾ ਹੈ ਉਹ ਬੰਦਾ ਬੈਡ ਰੈਸਟ ਤੇ ਪਹੁੰਚ ਜਾਂਦਾ ਉਹਨੂੰ ਕੀ ਹੈ ਖੇਡ ਲੈਣ ਕੀ ਹੈ ਬਹੁਤ ਸਮੇਂ ਨੂੰ ਸੈੱਟ ਹੋਣ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ गिरगंत की चोट से बचाने के लिए कोच व खिलाड़ी को अभ्यास एवं खेल प्रतियोगिताओं के दौरान अधिक से अधिक सावधानी का प्रयोग करना चाहिए यानी कि यह एक कोच ਨੂੰ ਵੀ ਤੇ ਇੱਕ ਖਿਡਾਰੀ ਨੂੰ ਵੀ ਦੋਨਾਂ ਦੀ ਰਿਸਪੌਂਸਿਬਿਲਟੀ ਬਰਾਬਰ ਆ ਜਾਂਦੀ ਆ ਕਿ ਇੱਕ ਕੀ ਹੈ ਸਾਵਧਾਨ ਹੋਣਾ ਚਾਹੀਦਾ ਖਿਡਾਰੀ ਨੂੰ ਵੀ ਔਰ ਉਹਦੇ ਕੋਚ ਨੂੰ ਵੀ ਜਿਹੜਾ ਉਹਨੂੰ ਖਿਲਾ ਰਿਹਾ ਆ ਯਾਨੀ ਉਹਨੂੰ ਟੈਕਨੀਕਸ ਦੱਸ ਰਿਹਾ ਹੈ ਤਾਂ ਇਹ ਕੀ ਹੈ ਕੋਚ ਵਾਸਤੇ ਔਰ ਖਿਡਾਰੀ ਵਾਸਤੇ ਦੋਨਾਂ ਲਈ ਇੰਪੋਰਟੈਂਟ ਹੋ ਜਾਂਦੀ ਹੈ ਗੱਲ ਜੇ ਇਹ ਖੇਡ ਖਿਡਾਰੀ ਕੀ ਚੋਟੀ ਲਈ ਹੁੰਦੀ ਹੈ ਤਾਂ तो कोच तथा खिलाड़ी को चोट के लक्षण वो प्रकार व उनकी प्राथमिक सहायता के विषय में पूर्ण जानकारी देनी चाहिए फिर की कहें जो की जो एक खिलाड़ी जो चोट लगती है तो वह जो है कोच उसू की है ये गाइड्स होने चाहिए उन्होंने को प्राथमिक सहायता किस तरह देनी है अपने खिलाड़ी जो चोट लग गई है तो उन्होंने इनकी थोड़ी बहुत टैक्निक पता होना चाहिए कि उसी टाइम एट ई टाइम उन्होंने की करना चाहिए ਫਿਰ ਨੈਕਸਟ ਆਉਣਾ ਹੈ ਕਿ ਚੂਟੇ ਕਿ ਕਿਸਮੇ ਯਾਨੀ ਕਿ ਇਹ ਕਲਾਸੀਫਿਕੇਸ਼ਨਸ ਆਫ ਦਾ ਸਪੋਰਟ ਇੰਜੀਨੀਅਰਸ ਇਹਦੇ ਵਿੱਚ ਕੀ ਸਪੋਰਟ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਝੋਟਾ ਹੁੰਦੀਆਂ ਕਿੰਨੇ ਕਿਸਮ ਦੀਆਂ ਹੁੰਦੀਆਂ ਟਾਈਪਸ ਬਾਰੇ ਦੱਸਿਆ ਗਿਆ ਫਿਰ ਕਹਿੰਦਾ ਖਿਡਾਰੀ ਕੋ ਪ੍ਰਭਾਵ ਕਮ ਸੇ ਕਮ ਕਿੰਦੀ ਹੈ ਉਹ ਖਿਡਾਰੀ ਵੋ ਖਿਡਾਰੀ ਕੋ ਚੋਟ ਸੇ ਪਹਿਲੇ ਵਾਲੀ ਸ਼ਤੀ ਸੇ ਬਚਾਉਣੇ ਕੇ ਲੀਏ ਕੋਚ ਕੋ ਉਸ ਚੋਟ ਕੀ ਕਿਸਮ ਕੇ ਵਿਸ਼ੇ ਕੀ ਜਾਣਕਾਰੀ ਆਤਯਤ ਆਵਸ਼ਕ ਹੈ ਯਾਨੀ ਉਹੀ ਗਲ ਹੋਈ ਕਿ ਜਿਹੜਾ ਖਿਡਾਰੀ ਖੇਲ ਰਿਹਾ ਹੈ ਉਹਦੇ ਕੋਚ ਨੂੰ ਇਹ ਪਹਿਲਾ ਹੀ ਪਤਾ ਹੋਣਾ ਚਾਹੀਦਾ ਕਿ ਅਗਰ ਜੇ ਚੋਟ ਲੱਗਦੀ ਹੈ ਤਾਂ ਉਸ ਟਾਈਮ ਐਡੀ ਟਾਈਮ ਉਹਨੂੰ ਕੀ ਕਰਨਾ ਚਾਹੀਦਾ ਫਿਰ ਨੈਕਸਟ ਇਹਦੇ ਚ ਆ ਜਾਂਦਾ ਕਿ ਚੋਟ ਲੱਗਨੇ ਕੇ ਕਾਰਨ ਕੀ ਹੈ ਕੌਜ਼ਸ ਆਫ ਇੰਜਰੀਜ਼ ਇੰਜਰੀਜ਼ ये कहें कोजिस ऑफ कि कहें कारण की हो जाते हैं चोट लग जाती इस खिलाड़ी को लगने के लिए कारण पर समीक्षा करते हुए चोट के विषय में जाना जाता है और जिसके कारणों के प्रमुख करते हुए इन चोटों को तीन भागों में वक्त है यानी थ्री टाइप्स दिया हों जो जट लगती तो है तो उन्हों द टाइप्स हैं थ्री टाइप्स दि होंगे प्रत्यक्ष चोट होंगी है यानी डायैक्ट इंजीरियस डायरैक्ट की है जिदा एकदम लग जाती है डायरैक्ट उन्होंने कहें इंजीरियस प्रत्यक्ष चोट ही इंजीरियस खिलाड़ियों को लगने वाली यह चोटों की बारी शक्ति अथवा दबाव के कारण लगती है इस किस्म की चोट को चोट लगने का कारण स्पष्ट रूप से दिखाई देता है यानी कि यह जो कि डायरेक्ट चोट लगती है वह कारण भी उन्होंने पहले ही पता होंगे कि किस कारण दे चोट लगी है किसी भी अन्य कि कि खिलाड़ियों के साथ टकराने के कारण अथवा किसी खेल उपकरण जैसे हॉकी क्रिकेट गेंद आदि जी इन कारण चोट लग जाती मोस्टली नॉर्मल जी गल देखी उन्हें खेलते खेलते सट लग जाए ਗਿੰਦੀਆਂ ਸਾਧਾਰਨ अथवा ਭਿਆਨਕ ਨੀ ਬੀ ਹੋ ਸਕਦੀ ਹੈ ਜੈਸੇ ਕਿ ਹੱਡੀਆਂ ਦਾ ਟੁੱਟਣਾ अथवा ਜੋੜੋ ਦਾ ਉਤਰਨਾ ਐਦਾਂ ਮਤਲਬ ਛੋਟੀ-ਵੋਟੀ ਚੋਟਸ ਹੁੰਦੀਆਂ ਜੋ ਬੈਂਡਸ ਹੁੰਦੀਆਂ ਨਾ ਮੋਚ ਆ ਜਾਂਦੀ ਜਿਸ ਤਰ੍ਹਾਂ ਉਹ ਚੀਜ਼ਾਂ ਇਹਦੇ ਵਿੱਚ ਦੱਸੀਆਂ ਗਈਆਂ ਜਾਂ ਫਿਰ ਪ੍ਰਤੀਸ਼ੋਗ ਗਿੰਦੀ ਇੰਟਰੈਕਟਿੰਗ ਇੰਜਰੀਜ਼ ਇੰਟਰੈਕਟਿੰਗ ਇੰਜਰੀਜ਼ ਵਿੱਚ ਕੀ ਹੁੰਦਾ ਹੈ ਕਿ ਖੇਲ ਦੇ ਵਿੱਚ ਦਾਇਤਵ ਕਿਰਿਆ ਜਦੋਂ ਕਰਦੇ ਆ ਤਾਂ ਖਿਡਾਰੀਆਂ ਕੋਈ ਬੀਤਰੀ ਚੋਟ ਲੱਗਦੀ ਹੈ ਯਾਨੀ ਉਹਦੇ ਅੰਦਰਲੇ ਪਾਰਟਸ ਦੇ ਵਿੱਚ ਚੋਟ ਲੱਗ ਜਾਂਦੀ ਹੈ ਮਤਲਬ ਹੱਡੀਆਂ ਉੱਡੀਆਂ ਜਿਵੇਂ ਹੋ ਗਈਆਂ ਉਹਨਾਂ ਦੀ ਬਾਹਰੋਂ ਤਾਂ ਨਹੀਂ ਇੰਨਾ ਪਤਾ ਲੱਗਦਾ ਬਟ ਅੰਦਰੋਂ ਉਹਨਾਂ ਦੇ ਕੀ ਆ ਦਰਦ ਗੋਡਿਆਂ ਤੇ ਹੋ ਗਈ ਜਿੱਦਾਂ ਗੁੱਟਨੇ ਤੇ ਹੋ ਗਈ ਕਮਰ ਦੇ ਵਿੱਚ ਹੋ ਗਈ ਤਾਂ ਇਹ ਕੀ ਹੈ ਉਹਨਾਂ ਦੇ ਅੰਦਰ ਹੀ ਆੰਤਰੀਕ ਚੋਟਾਂ ਦੀ ਸਾਟ ਆ ਜੋ ਕਿ ਉਹਨਾਂ ਦੇ ਲੱਗਣ ਤੋਂ ਬਾਅਦ ਕੀ ਹੈ ਨਾ ਇਹ ਚੋਟ ਉਹਨਾਂ ਦੇ ਦੌੜਨੇ ਕੇ ਸਮੇਂ ਸੰਤੁਲਨ ਵਿਗੜਨੇ ਕੇ ਕਾਰਨ ਜਾਂ ਖੇਲਦੇ ਸਮੇਂ ਪਾਉ ਮੁਰ ਜਾਣੇ ਕੇ ਕਾਰਨ ਲੰਬੀ ਕੂਦ ਕੇ ਸਮੇਂ ਇੱਕ ਖਰਾਬ ਲੈਂਡਿੰਗ ਹੋਣੇ ਕੇ ਕਾਰਨ ਆ ਦੀ ਐਦਾ ਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਅਚਾਨਕ ਅਨਫੋਰਚੂਨੇਟਲੀ ਹੁੰਦੀਆਂ ਤਾਂ ਇਹਦੇ ਕਰਕੇ ਕੀ ਹੈ ਚੋਟ ਲੱਗ ਜਾਂਦੀ ਹੈ ਉਹ ਅੰਦਰੂਨੀ ਚੋਟ ਹੁੰਦੀ ਉਹਨਾਂ ਦੀ ਫਿਰ ਕੀ ਕਹਿੰਦੇ ਆ ਅਤਿਅਕ ਤੱਕ ਕਾਰਜ अथवा ਦਬਾਅ ਕੇ ਕਾਰਨ ਜਿਹੜੀਆਂ ਚੋਟ ਹੁੰਦੀਆਂ ਇੰਜਰੀਜ਼ ਡਿਊ ਟੂ ਓਵਰਲੋਡ ਯਾਨੀ ਬਹੁਤ ਹੀ ਜ਼ਿਆਦਾ ਦਬਾਅ ਦੇ ਕਾਰਨ ਜਿਹੜੀਆਂ ਝੋਟ ਪੈਂਦੀਆਂ ਫਿਰ ਕੀ ਕਹਿੰਦੇ ਇਸ ਪ੍ਰਕਾਰ ਕੀ ਝੋਟ ਕੀ ਹੈ ਸਰੀਰ ਤੁਰੰਤ ਜਾਂ ਹੱਡੀਆਂ ਉਪਰ ਅਤਿ ਤਣਾਵ ਕੇ ਕਾਰਨ ਲੱਗ ਜਾਂਦੀ ਹੈ ਜਿਹੜਾ ਕੀ ਹੈ ਹੱਡੀਆਂ ਤੇ ਭਾਰ ਪੈਂਦਾ ਤਾਂ ਉਹ ਦੇ ਕਾਰਨ ਕੀ ਹੈ ਸੱਟ ਲੱਗ ਜਾਂਦੀ ਹੈ ਅਭਿਆਸ ਕੇ ਦੌਰਾਨ ਕੀ ਮਾਸਪੇਸ਼ੀਆਂ ਵਾ ਜੋੜੋ ਕੋ ਅਵਿਸ਼ੇਖ ਸੇ ਅਧਿਕ ਦਬਾਅ ਜੋ ਦਬਾਅ ਚਟ ਕੇ ਕਾਰਨ ਦਬਾਅਵ ਝੋਟ ਹੁੰਦੀ ਹੈ ਜਿਹੜੀਆਂ ਉਹਨਾਂ ਦੇ ਕਾਰਨ ਨਹੀਂ ਲੱਗਦੀਆਂ ਆਰੰਭਿਕ ਮੇ ਜੋੜ ਕਿਸੇ ਵੀ ਪ੍ਰਕਾਰ ਕੇ ਦਰਦ ਕਾ ਬਾਸ ਨਹੀਂ ਹੁੰਦਾ ਪਹਿਲਾਂ ਤਾਂ ਹਲਕਾ ਹਲਕਾ ਮਤਲਬ ਹੱਡੀਆਂ ਤੇ ਸੱਟ ਲੱਗਦੀ ਤਾਂ ਹਲਕਾ ਹਲਕਾ ਮਹਿਸੂਸ ਹੁੰਦਾ ਬਟ ਬਾਅਦ ਵਿੱਚ ਇਹਦੀ ਕੀ ਹੈ ਸਿਰ ਦਰਦ ਸਿਰ ਮਹਲਕਾ ਹਲਕਾ ਹਲਕਾ ਦਰਦ ਹੁੰਦਾ ਤੇ ਬਾਅਦ ਵਿੱਚ ਇਹ ਦਰਦ ਵਧਣਾ ਸ਼ੁਰੂ ਹੋ ਜਾਂਦਾ ਹੱਡੀਆਂ 'ਚ ਇਸ ਤਰ੍ਹਾਂ ਦੀਆਂ ਇਹ ਛੋਟਾ ਕੁਝ ਹੁੰਦੀਆਂ ਖਿਡਾਰੀ ਕੋ ਬਿਆਸ ਜਾਰੀ ਤੇ ਕੁਝ ਸਮੇਂ ਪਛਾਏ ਜਿਵੇਂ ਪ੍ਰਤੀਕਸ਼ਾ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ ਤੋਂ ਪ੍ਰਭਾਵੀ ਕੀ ਹੈ ਜੋੜ ਤ੍ਰਿਵ ਦਰਦ ਆਰੰਭ ਹੋਣਾ ਸ਼ੁਰੂ ਹੋਹੀ ਚੀਜ਼ ਹੈ ਕਿ ਦਰਦ ਅਹ ਹੁਲੀ ਹੁਲੀ ਹੁੰਦਾ ਬਾਅਦ ਵਿੱਚ ਇਹ ਦਰਦ ਦੀ ਵਧਣਾ ਸ਼ੁਰੂ ਹੋ ਜਾਂਦਾ ਖਿਡਾਰੀਆਂ ਕੋ ਖੇਲਤੇ ਸਮੇਂ ਜੋ ਕਠਿਨਾਈ का सामना करना पड़ता है दोषपूर्ण गलत ढंग से बनाया गया प्रशिक्षण या कार्यक्रम यानी चोटों का कारण हो सकती है यानी कि है कुछ की इनके दोष पूर्ण ढंग हों कि गलत ढंग गलत वे दे सट लग जा